ਸਰਈ ਪੈਦਾਵਾਰ ਮੇਂ ਇਜ਼ਾਫੇ ਔਰ ਕਿਸਾਨੋ ਕੀ ਖੁਸ਼ਹਾਲੀ ਕੇ ਲੀਏ ਮੁਲਕ ਕੀ ਤਾਰੀਖ ਮੇਂ ਪਹਿਲੀ ਬਾਰ ਬਰਾਹਰਾ ਸਬਸਿਡੀ ਸਕੀਮ ਮੁਤਾਰਿਫ ਕਰਵਾਈ ਜਾ ਰਹੀ ਹੈ ਜਿਸ ਕੇ ਤਹਿਤ 1 ਏਕੜ ਸੇ 12.5 ਏਕੜ ਤੱਕ ਹਰਾਜ਼ੀ ਕੀ ਮਲਕੀਅਤ ਰਖਨੇ ਵਾਲੇ ਕਾਸ਼ਤਕਾਰੋ ਕੋ ਕਿਸਾਨ ਕਾਰਡ ਜਾਰੀ ਕੀਆ ਜਾ ਰਹਾ ਹੈ ਸਾਨੂੰ ਜ ਖਾਦ ਵੇਚ ਲੈਣ ਵਾਸਤੇ ਨਾ ਪਹਿਲੋ ਆੜਤੀ ਕੋਲ ਜਾਣਾ ਪੈਂਦਾ ਸੀ ਤੇ ਉਹਨਾਂ ਦੇ ਕੋਲੋਂ ਸੀ ਕਰਜ਼ੇ ਲੈਣ ਦੇ ਸਾਂ ਹੁਣ ਅਸੀਂ ਕਿਸਾਨ ਕਾਰਡ ਪਹਲਾਈ ਕੀਤਾ ਹੈ ਹੁਣ ਗਵਰਨਮੈਂਟ ਦੀ ਤਰਫੋਂ ਸਾਨੂੰ ਬਿਲਾ ਸੂਦ ਕਰਜ਼ਾ ਮਿਲੇਗਾ جن نال سے کھاد بیج سپرے لوا گے اور ساری فصل بہتر ہوئے دی اور ملک خوشحال ہوئے دا کسان خوشحال ہوئے ضلع اکاڑا میں ایک ایکڑ سے ساڑھے بارہ ایکڑ تک کی ملکیت والے تیئیس ہزار سات سو پچاس کاشتکار اس کارڈ سے مستفید ہوں گے اب تک ضلع بھر میں دس ہزار سے زیادہ کسان اپنی رجسٹریشن کروا چکے ہیں کسان کارڈ کے تحت ہر کسان ربی اور خریف میں سے ایک فصل کے لیے 1.5 ਲੱਖ ਰੁਪਏ ਤੱਕ ਹੀ ਬਿਨ ਬਗੈਰ ਸੂਦ مالی امداد ਹਾਸਲ ਕਰ ਸਕੇਗਾ ਕਾਸ਼ਕਰ ਕਿਸਾਨ ਕਾਰਡ ਕੇ ਜ਼ਰੀਏ ਰਜਿਸਟਰਡ ਡੀਲਰ ਸੇ ਖਾਦ ਬੀਜ ਔਰ ਜ਼ਰਈ ਦਵਾਈਆਂ ਰਾਜਿਤ ਕੀਮਤ ਪਰ ਖਰੀਦ ਸਕੰਗੇ ਵਜ਼ੀਰ-ਏ-ਆਲਾ ਹਕਮਤ-ਏ-ਪੰਜਾਬ ਦਾ ਸ਼ੁਕਰੀਆ ਦਾ ਕਰਨਾ ਹੈ ਕਿ ਮੁੱਲਕ ਦੀ ਤਾਰੀਖ ਦੇ ਵਿੱਚ ਪਹਿਲੀ ਦਫਾ ਬਗੈਰ ਸੂਦ ਸਾਨੂੰ ਕਰਦਾ ਦੇ ਰਹੇ ਨੇ ਕਿਸਾਨ ਕਾਰਡ ਦੇ ਜ਼ਰੀਏ ਔਰ ਇਹਦੇ ਜੇ ਸਬਸਿਡੀ ਵੀ ਸਾਨੂੰ ਮਿਲੇ ਦੀ ਫਸਲ ਤੇ ਦਵਾਈਆਂ ਤੇ ਕਿਸਾਨ ਖੁਸ਼ਹਾਲ ਹੋਵੇਗਾ ਪਾਕਿਸਤਾਨ ਵੀ ਖੁਸ਼ਹਾਲ ਹੋਵੇਗਾ کاشتکار سود کے بغیر مالی امداد کی آسان اقساط چھ ماہ میں واپس کرے گا جس کے بعد وہ اگلی فصل کے لیے دوبارہ امداد حاصل کرنے کا اہل ہوگا کسان کارڈ کا مقصد کسانوں کو مالی امداد فراہم کر کے ان کی پیداواری صلاحیت میں اضافہ کرنا ہے